ਐਸਪੀ ਭਾਗਰਿਤ ਮੀਨਾ ਦੇ ਆਦੇਸ਼ਾਂ ਤੇ ਥਾਣਾ ਸਦਰ ਮੁਖੀ ਚਰਨਜੀਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਇੰਸਪੈਕਟਰ ਸੁਨੀਤਾ ਰਾਣੀ ਥਾਣਾ ਸਦਰ ਜੀਰਾ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੰਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਰੁਕਨ ਸ਼ਾਹ ਵਾਲਾ ਜਿਸ ਉੱਪਰ 2015 ਵਿੱਚ NDPS ਐਕਟ ਦੇ ਤਹਿਤ 1100 ਨਸ਼ੀਲੀ ਗੋਲੀਆਂ ਦਾ ਪਰਚਾ ਦਰਜ ਕੀਤਾ ਗਿਆ ਸੀ ਜਿਸ ਵੱਲੋਂ 2017 ਵਿੱਚ ਮਾਨਯੋਗ ਅਦਾਲਤ ਜੱਜ ਸਰਦਾਰ ਗੁਰਨਾਮ ਸਿੰਘ ਦੀ ਅਦਾਲਤ ਵਿੱਚ ਗੈਰ ਹਾਜ਼ਰ ਹੋਣ 'ਤੇ ਉਹਨਾਂ ਵੱਲੋਂ PO ਕਰਾਰ ਦਿੱਤਾ ਗਿਆ ਸੀ ਜਿਸ ਦੀ ਲੰਬੇ ਸਮੇਂ ਤੋਂ ਭਾਲ ਸੀ ਜਿਸ ਨੂੰ ASI ਵਨ ਸਿੰਘ SI ਦਿਲਬਾਗ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਉਸ 'ਤੇ ਕਾਰ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਅਦਾਲਤ ਵਿੱਚ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ ਜੀਰਾ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ ਹਾਂਜੀ PO ਸੰਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਰੁਕਣ ਵਾਲਾ ਜੋ ਕਿ ਸਾਡੇ ਥਾਣਾ ਸਦਰ ਜ਼ਿਲ੍ਹਾ ਵਿੱਚ ਪਹਿਲਾਂ 14 ਨੰਬਰ ਮੁਕੱਦਮੇ ਵਿੱਚ ਅਰੈਸਟ ਸੀ ਜੋ ਕਿ ਮਿਤੀ 15/1/15 ਨੂੰ ਅਰੈਸਟ ਕੀਤਾ ਗਿਆ ਸੀ ਅਤੇ ਇਸ ਪਾਸੋਂ 1100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸੀ ਜੋ ਕਿ ਅਦਾਲਤ ਵਿੱਚ ਇਹ ਮੁਕੱਦਮਾ ਜੇਰ ਸਮਾਈ ਸੀ ਅਤੇ ਇਹ ਅਦਾਲਤ ਵਿੱਚੋਂ ਹਾਜ਼ਰ ਨਾ ਹੋਣ 'ਤੇ ਇਹਨੂੰ ਅਦਾਲਤ ਵੱਲੋਂ PO ਕਰਾਰ ਦਿੱਤਾ ਗਿਆ ਸੀ ਜਿਸ ਕਰਕੇ ਕੱਲ੍ਹ ਸਾਡੀ ਪੁਲਿਸ ਪਾਰਟੀ ਨੇ ਇਸ ਦੇ ਘਰ ਰੇਡ ਕਰਕੇ ਅਤੇ ਇਸ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਅੱਜ ਪੇਸ਼ ਅਦਾਲਤ ਕਰ ਦਿੱਤਾ ਗਿਆ ਅਤੇ ਇਹਦਾ ਜੁਡੀਸ਼ੀਅਲ ਰਿਮਾਂਡ ਦਾ ਹੁਕਮ ਫਰਮਾਇਆ ਗਿਆ ਅਤੇ ਕਰੋਨਾ ਰਿਪੋਰਟ ਆਉਣ ਤੋਂ ਬਾਅਦ ਇਹਨੂੰ ਬੰਦ ਹਵਾਲਾਤ ਜੁਡੀਸ਼ੀਅਲ ਸ਼੍ਰੀ ਮੁਕਤਸਰ ਸਾਹਿਬ ਬੰਦ ਕਰਵਾਇਆ ਜਾਵੇਗਾ।